ਚਾਈ ਚਾਈ ਸ਼ਗਨ ਸਾਰਥ ਕਰਕੇ ਲਾੜੇ ਨੂੰ ਵਿਆਹ ਵਾਲੀ ਗੱਡੀ ਦੇ ਵਿੱਚ ਬਿਠਾ ਕੇ ਤੋਰਿਆ ਸੀ ਕਿ ਵੋਟੀ ਵਿਆਹ ਕੇ ਲਾਏਗਾ, ਪਰ ਰਸਤੇ ਦੇ ਵਿੱਚ ਉਹ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਵਿਆਹ ਵਾਲੀ ਗੱਡੀ ਅਚਾਨਕ ਉਸ ਦੇ ਏਅਰਬੈਗ ਤੱਕ ਖੁੱਲ੍ਹ ਜਾਂਦੇ ਨੇ। ਇੰਨਾ ਮੰਦਭਾਗਾ ਇਹ ਹਾਦਸਾ ਵਾਪਰਿਆ। ਦਰਅਸਲ ਓਵਰਬ੍ਰਿਜ ਤੋਂ ਉਤਰਨ ਤੋਂ ਬਾਅਦ ਇਹ ਹਾਦਸਾ ਵਾਪਰਦਾ, ਜਿਸ ਇਸੇ ਗੱਡੀ ਦੇ ਵਿੱਚ ਵਿਆਹ ਵਾਲਾ ਮੁੰਡਾ ਵੀ ਬੈਠਾ ਹੋਇਆ ਸੀ। ਇੱਥੋਂ ਤੱਕ ਕਿ ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਦੂਜੀ ਕਾਰ ਦੇ ਵਿੱਚ ਬਿਠਾ ਕੇ ਘਰ ਪਹੁੰਚਾਇਆ ਗਿਆ। ਉਹਨਾਂ ਦੀ ਹਾਲਤ ਜਿਹੜੀ ਹੈ ਠੀਕ ਦੱਸੀ ਜਾ ਰਹੀ ਹੈ। ਤਾਂ ਇਹ ਮਾਮਲਾ ਸੰਗਰੂਰ ਦੇ ਧੁਰੀ ਤੋਂ ਸਾਹਮਣੇ ਆਇਆ, ਜਿੱਥੇ ਕਿ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦਰਅਸਲ ਮਲੇਰਕੋਟਲਾ ਰੋਡ ਦੇ ਉੱਤੇ ਓਵਰਬ੍ਰਿਜ ਉਤਰਨ ਤੋਂ ਬਾਅਦ ਇਹ ਹਾਦਸਾ ਵਾਪਰਿਆ, ਅਤੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਏਅਰਬੈਗ ਤੱਕ ਖੁੱਲ੍ਹ ਚੁੱਕੇ ਨੇ। ਹਾਲਾਂਕਿ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ, ਜਾਨੀ ਨੁਕਸਾਨ ਤੋਂ ਬਚਾ ਰਿਹਾ। ਪਰ ਦੂਜੇ ਪਾਸੇ ਇਸ ਗੱਡੀ ਦੇ ਵਿੱਚ ਵਿਆਹ ਵਾਲਾ ਲੜਕਾ ਅਤੇ ਲੜਕੀ ਬੈਠੇ ਹੋਏ ਸਨ, ਅਤੇ ਉਹਨਾਂ ਨੂੰ ਦੂਜੀ ਕਾਰ ਦੇ ਵਿੱਚ ਬਿਠਾ ਕੇ ਘਰ ਪਹੁੰਚਾਇਆ ਗਿਆ। ਫਿਲਹਾਲ ਉਹਨਾਂ ਦੀ ਹਾਲਤ ਵੀ ਠੀਕ ਬਣੀ ਹੋਈ ਹੈ। ਤਾਂ ਤਸਵੀਰਾਂ ਤੁਹਾਨੂੰ ਉਸ ਡੋਲੀ ਵਾਲੀ ਕਾਰ ਦੀਆਂ ਦਿਖਾ ਰਹੇ ਹਾਂ, ਜਿਸ 'ਤੇ ਕਿ ਚਿੱਟੇ ਰੰਗ ਦੀ ਗੱਡੀ ਹੈ ਅਤੇ ਫੁੱਲ ਲਗਾਏ ਹੋਏ ਸਨ, ਪੂਰੀ ਤਰ੍ਹਾਂ ਸਜਾਈ ਹੋਈ ਸੀ। ਇੱਥੋਂ ਤੱਕ ਕਿ ਗੱਡੀ ਦੀ ਛੱਤ ਦੇ ਉੱਤੇ ਫੁਲਕਾਰੀ ਵੀ ਦਿੱਤੀ ਹੋਈ ਸੀ। ਪਰ ਅਚਾਨਕ ਇਸ ਤਰ੍ਹਾਂ ਦਾ ਇਹ ਹਾਦਸਾ ਵਾਪਰ ਜਾਏਗਾ, ਇਹ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ, ਕਿਉਂਕਿ ਚਾਈ ਚਾਈ ਸਾਰੇ ਸ਼ਗਨ ਸਾਰਥ ਕਰਕੇ ਜੋ ਹੈ ਲੜਕੀ ਵਿਆਹ ਕੇ ਲਿਆ ਰਿਹਾ ਸੀ ਇਹ ਮੁੰਡਾ, ਪਰ ਰਸਤੇ ਦੇ ਵਿੱਚ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਗੱਡੀ ਦੇ ਏਅਰਬੈਗ ਤੱਕ ਖੁੱਲ੍ਹੇ ਪਏ ਨੇ। ਮਾੜੀ ਗਲਤੀ ਮਾੜੀ ਗਲਤੀ ਮਾੜੀ ਗਲਤੀ।